ਤਾਂ ਹੁਣੇ ਹੁਣੇ ਵੱਡੀ ਖਬਰ ਸਾਹਮਣੇ ਆ ਰਹੀ ਹੈ, ਪੰਜਾਬ ਪੁਲਿਸ ਦੇ SHO ਤੇ ਹਮਲਾ ਹੋਇਆ ਹੈ। ਅੱਧੀ ਰਾਤ ਨੂੰ ਕਾਰ ਤੇ ਗੋਲੀਆਂ ਚਲਾ ਕੇ ਨੇ ਹਮਲਾਵਰ। ਤਾਂ ਦੱਸ ਦਈਏ ਕਿ SHO ਆਪਣੀ ਗੱਡੀ ਦੇ ਵਿੱਚ ਸਵਾਰ ਹੋ ਕੇ ਕਿਤੇ ਜਾ ਰਿਹਾ ਸੀ, ਤਾੜ ਤਾੜ ਕਰਕੇ ਉਸ ਤੇ ਗੋਲੀਆਂ ਚਲਾ ਦਿੱਤੀਆਂ ਗਈਆਂ। ਅੱਧੀ ਰਾਤ ਦੀ ਇਹ ਘਟਨਾ ਦੱਸੀ ਜਾ ਰਹੀ ਹੈ। SHO ਗੱਬਰ ਸਿੰਘ ਤੇ ਹਮਲਾ ਹੋਇਆ ਹੈ, ਵੱਡੀ ਖਬਰ ਹੈ ਇਸ ਵੇਲੇ ਦੀ। SHO ਤੇ ਹਮਲਾ ਹੋਇਆ ਹੈ, ਬੁਲਟ ਪਰੂਫ ਗੱਡੀ ਦੇ ਵਿੱਚ ਬੈਠ ਕੇ SHO ਕਿਤੇ ਜਾ ਰਹੇ ਸੀ ਅੱਧੀ ਰਾਤ ਨੂੰ, ਤਾਂ ਇੱਕ ਹਮਲਾਵਰਾਂ ਦੇ ਵੱਲੋਂ ਉਹਨਾਂ ਤੇ ਹਮਲਾ ਕਰ ਦਿੱਤਾ ਗਿਆ। ਦੱਸ ਦਈਏ ਕਿ ਸਕੋਰਪੀਓ ਗੱਡੀ SHO ਗੱਬਰ ਸਿੰਘ ਦੀ, ਜਿਹੜੀ ਕਿ ਬੁਲਟ ਪਰੂਫ ਸੀ, ਜਿਸ ਕਰਕੇ SHO ਗੱਬਰ ਸਿੰਘ ਦਾ ਬਚਾਅ ਹੋ ਗਿਆ। ਜੇਕਰ ਗੱਡੀ ਬੁਲਟ ਪਰੂਫ ਨਾ ਹੁੰਦੀ ਤਾਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਹਾਦਸਾ ਹੋ ਜਾਣਾ ਸੀ, SHO ਦੀ ਜਾਨ ਵੀ ਜਾ ਸਕਦੀ ਸੀ, ਪਰ ਬਚਾ ਰਿਹਾ ਹੈ, ਬੁਲਟ ਪਰੂਫ ਗੱਡੀ ਕਰਕੇ ਬਚਾ ਰਿਹਾ ਹੈ। ਤਾਂ ਸਕੋਰਪੀਓ ਗੱਡੀ 'ਚ ਬੈਠੇ ਸੀ SHO ਗੱਬਰ ਸਿੰਘ, ਅੱਧੀ ਰਾਤ ਨੂੰ ਕੋਈ ਕੰਮ ਪਿਆ ਤਾਂ ਕਿਤੇ ਜਾ ਰਹੇ ਸੀ, ਰਾਹ ਦੇ ਵਿੱਚ ਉਹਨਾਂ 'ਤੇ ਹਮਲਾ ਹੋ ਗਿਆ। ਤਸਵੀਰਾਂ ਦਿਖਾ ਰਹੇ ਹਾਂ, ਦੇਖੋ ਗੋਲੀਆਂ ਦੇ ਨਿਸ਼ਾਨ ਸ਼ੀਸ਼ੇ ਦੇ ਪਏ ਹੋਏ, ਬੁਲਟ ਪਰੂਫ ਕਰਕੇ ਇਹ ਗੱਡੀ ਦਾ ਸ਼ੀਸ਼ਾ ਨਹੀਂ ਟੁੱਟ ਸਕਿਆ, ਜਿਸ ਕਰਕੇ SHO ਗੱਬਰ ਸਿੰਘ ਦੀ ਜਾਨ ਬਚ ਗਈ ਹੈ। ਤਾਂ ਹੁਣ ਤੱਕ ਹਮਲਾਵਰ ਕੌਣ ਸੀ ਉਹਨਾਂ ਦਾ ਪਤਾ ਨਹੀਂ ਲੱਗ ਸਕਿਆ ਇਹ, ਪਰ ਜਿਹੜੀ ਖਬਰ ਹੈ ਉਹ ਮੋਹਾਲੀ ਤੋਂ ਸਾਹਮਣੇ ਆ ਰਹੀ ਹੈ, ਜਿੱਥੇ ਮੋਹਾਲੀ ਦੇ ਥਾਣਾ ਮਟੌਰ ਦੇ SHO ਗੱਬਰ ਸਿੰਘ 'ਤੇ ਹਮਲਾ ਹੋਇਆ ਹੈ। ਦੇਰ ਰਾਤ ਕਿਤੇ ਕੰਮ ਲਈ ਜਾ ਰਹੇ ਸੀ ਤਾਂ ਰਾਹ ਦੇ ਵਿੱਚ ਗੋਲੀਆਂ ਚਲਾ ਗਏ ਹਮਲਾਵਰ। ਹਮਲਾਵਰਾਂ ਦੀ ਪਹਿਚਾਣ ਤਾਂ ਨਹੀਂ ਹੋ ਸਕੀ, ਪਰ SHO ਗੱਬਰ ਸਿੰਘ ਦਾ ਬਚਾਅ ਹੋ ਗਿਆ, ਕਿਉਂਕਿ ਜਿਹੜੀ ਗੱਡੀ ਦੇ ਵਿੱਚ ਉਹ ਗਏ, ਸਕੋਰਪੀਓ ਗੱਡੀ ਦੇ ਵਿੱਚ ਜਿਹੜੀ ਉਹ ਗਏ, ਉਹ ਗੱਡੀ ਬੁਲਟ ਪਰੂਫ ਸੀ, ਜਿਸ ਕਰਕੇ ਉਹਨਾਂ ਦਾ ਬਚਾਅ ਹੋ ਗਿਆ। ਇਹ ਤਾਂ ਵੱਡੀ ਖਬਰ ਹੈ ਇਸ ਵੇਲੇ ਦੀ, ਵੱਡੀ ਖਬਰ। ਵਿਸਾਖੀ ਵਾਲੀ ਰਾਤ ਨੂੰ ਪੰਜਾਬ ਪੁਲਿਸ ਦੇ SHO 'ਤੇ ਹਮਲਾ ਹੋਇਆ ਹੈ, ਅੱਧੀ ਰਾਤ ਨੂੰ ਕਾਰ 'ਤੇ ਗੋਲੀਆਂ ਚਲਾਈਆਂ ਗਈਆਂ ਨੇ, ਬੁਲਟ ਪਰੂਫ ਸੀ ਗੱਡੀ, ਤਾਂ ਕਰਕੇ SHO ਦਾ ਬਚਾਅ ਹੋ ਗਿਆ। ਜੇਕਰ ਗੱਡੀ ਦੇ ਸ਼ੀਸ਼ੇ ਬੁਲਟ ਪਰੂਫ ਨਾ ਹੁੰਦੇ ਤਾਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਗੱਬਰ ਸਿੰਘ ਦੀ ਜਾਨ ਨੂੰ ਖਤਰਾ ਹੋ ਸਕਦਾ ਸੀ। ਤਾਂ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਤੇ ਅਗਲੀ ਜਾਂਚ ਵੀ ਸ਼ੁਰੂ ਕਰਦੀ ਹੈ। ਦੇਖੋ ਪਰਸੋਂ ਦੀ ਬਾਤ ਹੈ, ਮੈਂ ਆਪਣੇ ਕੋਈ ਅਫੀਸ਼ੀਅਲ ਕੰਮ ਤੇ ਜਾ ਰਿਹਾ ਸੀ, ਜਦ ਸਰਦ ਸੇ ਕਰਾਲੀ ਦੀ ਤਰਫ ਗਿਆ ਮੈਂ, ਉਹ ਬਾਈਪਾਸ ਹੈ ਮਰਿੰਡਾ ਬਾਈਪਾਸ, ਵਹਾਂ ਜੋ ਬ੍ਰਿਜ ਬਣਾ ਹੈ ਉਹ ਮੈਂ ਅਭੀ ਸਟਾਰਟਿੰਗ ਮੇਂ ਜਬ ਵਹਾਂ ਚੜ੍ਹਨੇ ਲਗਾ ਥਾ, ਵੋ ਰਾਤ ਕਾ ਟਾਈਮ ਥਾ 11 ਕਰੀਬ 11 PM ਕਾ ਹੋਗਾ, ਅੰਧੇਰਾ ਬਹੁਤ ਜ਼ਿਆਦਾ ਥਾ ਵਹਾਂ ਪੇ। ਏਕਦਮ ਸੇ ਜਬ ਮੈਂ ਫਰੰਟ ਸੀਟ ਪੇ ਕਨੈਕਟਰ ਵਾਲੀ ਸੀਟ ਪੇ ਬੈਠਾ ਥਾ ਜੀ, ਵਹਾਂ ਸੇ ਜਬ ਮੇਰੇ ਲੈਫਟ ਸਾਈਡ ਪੇ ਜੋ ਮੇਰਾ ਸ਼ੀਸ਼ਾ ਹੈ ਗਾੜੀ ਕਾ, ਉਸ ਪੇ ਬਹੁਤ ਜ਼ੋਰ ਕੀ ਬਿਲਕੁਲ ਯਹਾਂ ਮੇਰੇ ਹੈਡ ਕੀ ਡਾਇਰੈਕਸ਼ਨ ਮੇਂ ਫਾਇਰ ਹੁਆ ਜੀ। ਤੋ ਗਾੜੀ ਸਪੀਡ ਮੇਂ ਥੀ 15-20 ਮੀਟਰ ਮਤਲਬ ਸੈਕਿੰਡ, ਜਾਂ ਹਮਨੇ ਆ ਕੇ ਗਾੜੀ ਰੋਕੀ ਤੋ ਪੀਛੇ ਦੇਖਾ ਤੋ ਕੋਈ ਨਹੀਂ ਦਿਖਾ ਅੰਧੇਰੇ ਕਰਕੇ, ਕਿਉਂਕਿ ਵਹਾਂ ਸੇ ਇੱਕ ਰਸਤਾ ਨੀਚੇ ਕੀ ਤਰਫ ਹੀ ਜਾ ਰਿਹਾ ਥਾ। ਸਰ ਪਿਛਲੇ ਲੰਬੇ ਸਮੇਂ ਸੇ ਆਪ ਦਬੰਗ ਆਫੀਸਰ ਕੇ ਨਾਮ ਸੇ ਜਾਣੇ ਜਾਤੇ ਹੈ, ਲੰਬਾ ਸਮਾਂ ਸੇ ਇਹ ਸਟਾਫ ਵੀ ਰਹੇ ਹੈ, ਆਪ ਨੂੰ ਕਿਸੇ ਪਰ ਸ਼ੱਕ ਹੈ ਕਿ ਤੁਸੀਂ ਕਿਸੇ ਪਾਰਟਿਕੂਲਰ ਬਿਲਡਰ ਤੋਂ ਪਕੜਾ ਹੋ ਉਸਨੇ ਆਪ ਪਰ ਹਮਲਾ ਕੀਤਾ? ਦੇਖੋ ਜੀ, ਮੈਂ 2014 ਸੇ 16 ਤੱਕ ਮੈਂ CIA ਸਟਾਫ ਰੋਪੜ ਕਾ ਇੰਚਾਰਜ ਰਹਾ ਹੂੰ, ਔਰ 20 ਸੇ ਲੈ ਕੇ 22 ਤੱਕ 1.5-2 ਸਾਲ ਸ਼੍ਰੀ ਫਤਿਹਗੜ੍ਹ ਸਾਹਿਬ ਕਾ CIA ਇੰਚਾਰਜ ਰਹਾ ਹੂੰ। ਇਸ ਟਾਈਮ ਪੀਰੀਅਡ ਮੇਂ ਕਾਫੀ ਲੰਬਾ ਟਾਈਮ ਪੀਰੀਅਡ ਹੈ, ਇਸ ਮੇਂ ਕਾਫੀ ਮਾੜੇ ਅਨਸਰੋਂ ਕੋ, ਗੈਂਗਸਟਰੋਂ ਕੋ, ਸਮਗਲਰੋਂ ਕੋ ਪਕੜ ਕਰ ਇੰਟੈਰੋਗੇਸ਼ਨ ਵੀ ਕੀ ਹੈ, ਉਨਕੋ ਹਵਾਲਾਤ ਮੇਂ ਵੀ ਕੀਆ ਹੈ। ਅਬ ਪਤਾ ਨਹੀਂ ਇਹ ਕੋਈ ਕਿਸੇ ਸਮਗਲਰ ਕਾ ਕਾਮ ਹੈ, ਗੈਂਗਸਟਰ ਕਾ ਕਾਮ ਹੈ, ਜਾਂ ਕਿਸੇ ਠੱਗ ਵਗੈਰਾ ਕਾ ਕਾਮ ਹੈ, ਜਿਸ ਸੇ ਮੈਨੇ ਲੋਗੋ ਕੇ ਪੈਸੇ ਵਾਪਸ ਕਰਵਾਏ। ਸਰ ਪਿਛਲੇ ਲੰਬੇ ਸਮੇਂ ਸੇ ਆਪਕੋ ਧਮਕੀ ਬਾਰੇ ਕਾਲ ਆ ਰਹੇ ਹੈ, ਉਸਕੇ ਰਿਗਾਰਡਿੰਗ ਆਪਨੇ ਆਪਏ ਆਪਕੇ ਥਾਣੇ ਮੇਂ ਦਰਜ ਹੈ, ਤੋ ਆਪਕੋ ਲੱਗ ਰਿਹਾ ਕਿ ਜੋ ਆਪਕੋ ਲਗਾਤਾਰ ਰਹੇ ਉਸ ਕਾਲ ਕਰ ਰਹੇ ਤੇ ਉਸਕੇ ਦੌਰਾਨ ਹੀ ਰੇਕੀ ਕਰਕੇ ਆਪ ਰਹੀ ਹੈ ਫਾਇਰਿੰਗ ਕੀ ਘਟਨਾ ਹੋ ਜਾਂਦੀ ਹੈ? ਹੋ ਸਕਤਾ ਹੈ ਜੀ, ਕਿਉਂਕਿ ਜੋ ਆਦਮੀ ਫੋਨ ਕਰਕੇ ਮਤਲਬ ਧਮਕੀ ਦੇ ਸਕਤਾ ਹੈ, ਉਹ ਆਗੇ ਇਹ ਆਗੇ
कोई शूटर भी हायर कर सकता है या हो सकता है खुद ही कोई आए हो, क्योंकि मेरी कोई पर्सनल रंजिश नहीं है किसी के साथ। डिपार्टमेंट में मैंने माड़े अफसरों से मतलब कभी भी ना डरा नहीं, अपना जो मेरी ड्यूटी अलाउ करती है ड्यूटी के हिसाब से मैंने अपनी ड्यूटी की है और करता ही रहूंगा जी ड्यूटी जब तक रिटायरमेंट। जी हाँ जी हाँ जी, मामला वो थोड़ा एरिया ना वो सिंह भगवंतपुरा थाना है जी रोपड़ डिस्ट्रिक्ट का, वहाँ FIR लॉज हुई है। सर जिहड़ी रात घटना हुई है की मामला परसों रात हुई है जी 11 बजे। की होया जी? बस जी मैं जा रहा सीगा कार सरकार के काम के बीच कराली सीगा जी, मैं पुल चढ़न लग्या सीगा साइड तो एकदम लैफ्ट साइड तो फायर होया मेरे गड्डी के जिहड़े खिड़की ते लग्या जी। किन्ने फायर? किन्ने एको फायर होया मेरे ख्याल उदों मैं गड्डी भजा ली सीगी जी, क्योंकि ये सानू लगे जिवें ट्रैप लग्या होया जी। तो पर जदों असीं थोड़ा अगे जाके देखिया ज़्यादा रात होण करके पता नहीं लगे जी किधरों आया पाया, आया आया मेरी लैफ्ट साइड तो जिद मैं बैठा सी गड्डी, कुछ नहीं पता जी रात का फायर हो दस्या ना भी मैं पुल चढ़ गया वो करके पुल थले डिवाइडिंग रस्ते सीगे जी, मैं जदों पुल चढ़ते हैं स्लो आ वो एक राह थले नूं भी जांदा क्योंकि गड्डी स्पीड से असीं अगे लगे जी। नहीं चल रहे जी अफसर साहबान लगे हुए हैं। हाँ जी हाँ जी हाँ जी पहला भी पर्चा दर्ज होया है। हाँ जी गैंगस्टर सवारियां पता नहीं जी हुण लगे वेरीफाई कर रहे हैं।